ਜੀ ਸੰਗਤ ਜੀ, ਇਸ ਟਾਈਮ ਅਸੀਂ ਗੱਲਬਾਤ ਕਰਾਂਗੇ ਸਰਦਾਰ ਚਰਨਜੀਤ ਸਿੰਘ ਜੋ ਕਿ ਝਾਰਖੰਡ ਦੇ ਰਹਿਣ ਵਾਲੇ ਨੇ, ਕਿਉਂਕਿ ਝਾਰਖੰਡ ਦੇ ਵੀ ਕੁਝ ਇਲਾਕਿਆਂ ਦੇ ਵਿੱਚ, ਕੁਝ ਕੰਸਟੀਟੂਐਂਸੀਸ ਦੇ ਵਿੱਚ ਅੱਜ ਜਿਹੜਾ ਹੈਗਾ ਪੋਲਿੰਗ ਹੋਈ ਸੀਗੀ। ਕੀ ਉਧਰ ਦਾ ਰੁਝਾਨ ਰਿਹਾ, ਕੀ ਉਧਰ ਦਾ ਮਾਹੌਲ ਰਿਹਾ, ਉਸ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰਦਾਰ ਚਰਨਜੀਤ ਸਿੰਘ ਜੀ ਉਹ ਸਾਡੇ ਨਾਲ ਜੁੜੇ ਹੋਏ ਨੇ, ਗੁਰਫਤਿਹ ਤੇ ਸਾਂਝ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਰਨਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ, ਅੱਜ ਦਾ ਜੋ ਪੋਲਿੰਗ ਹੋ ਰਹੀ ਸੀਗੀ ਝਾਰਖੰਡ ਦੇ ਵਿੱਚ, ਕਿਸ ਤਰੀਕੇ ਦਾ ਮਾਹੌਲ ਰਿਹਾ? ਝਾਰਖੰਡ ਇਲਾਕਿਆਂ ਦੇ ਵਿੱਚ ਪੈਂਦਾ, ਨੀਅਰੈਸਟ ਬਿਹਾਰ ਦੇ ਵਿੱਚ ਹੈ ਤੇ ਇਸ ਵਕਤ ਬਿਹਾਰ ਔਰ ਝਾਰਖੰਡ ਦੇ ਵਿੱਚ ਕਾਫੀ ਗਰਮੀ ਤਪਿਸ਼ ਦੇ ਕਾਰਨ ਜਿਹੜੀ ਵੋਟਿੰਗ ਹੈ ਬੜੀ ਘੱਟ ਤਾਦਾਦ ਚ ਹੋਈ ਹੈ। ਚਰਨਜੀਤ ਸਿੰਘ ਜੀ, ਤਕਰੀਬਨ ਕਿੰਨੀ ਪਰਸੈਂਟੇਜ ਰਹੀ ਅੱਜ ਦੀ ਜਿਹੜੀ ਪੋਲਿੰਗ ਦੀ? ਪੋਲਿੰਗ ਦੇ ਵਿੱਚ ਅੱਜ ਕਾਫੀ ਗਰਮੀ ਹੋਣ ਦੇ ਬਾਵਜੂਦ ਵੀ ਦੇਖਿਆ ਗਿਆ ਹੈ ਕਿ 70% ਜਿਹੜੀ ਤਾਦਾਦ ਦੇ ਵਿੱਚ ਲੋਕਾਂ ਨੇ ਆਪਣਾ ਮਤਦਾਨ ਕੇਂਦਰਾਂ ਦੇ ਵਿੱਚ ਜਿਹੜੀ ਸੈਂਡ ਕੀਤੀ। ਠੀਕ ਹੈ, ਅੱਛਾ 70%, ਯਾਨੀ ਕਿ ਬਹੁਤ ਵੱਡਾ ਇੱਕ ਪਰਸੈਂਟੇਜ ਅਸੀਂ ਮੰਨ ਸਕਦੇ ਹੈਗੇ, ਬਹੁਤ ਵੱਡੀ ਇੱਕ ਪੋਲਿੰਗ। ਪੋਲਿੰਗ ਦੇ ਦੌਰਾਨ ਜਾਣਾ ਚਾਹਾਂਗਾ, ਕੋਈ ਕੋਈ ਝਗੜਾ ਜਾਂ ਵਾਇਲੈਂਸ ਦੀ ਕੋਈ ਖਬਰ ਤੇ ਨਹੀਂ ਸਾਹਮਣੇ ਆਈ? ਕੋਈ ਵੱਡਾ ਸਿਤਾਰਾ ਵੀ ਝਾਰਖੰਡ ਤੋਂ ਖੜਾ ਸੀਗਾ? ਕੋਈ ਵੱਡਾ ਸਿਤਾਰਾ ਵੀ, ਕੋਈ ਕੋਈ ਵੱਡਾ ਕੋਈ ਕਦਾਵਰ ਲੀਡਰ ਵੀ ਕੋਈ ਝਾਰਖੰਡ ਤੋਂ ਖੜਾ ਸੀਗਾ? ਹਾਂਜੀ, ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਜਿਹੜੇ ਨੋਰਮਲੀ ਜਿਹੜੇ ਪਹਿਲੋਂ ਜਿਹੜੇ ਚੱਲ ਰਹੇ ਹੈ, ਜਿਹੜੇ ਕੈਂਡੀਡੇਟ ਨੇ ਉਹ ਵੀ ਇਹੋ ਜਿਹੇ ਜਿਹੜੇ ਸਿੰਘ ਚੱਲ ਰਹੇ ਹੈ। ਝਾਰਖੰਡ ਨੂੰ ਜਿਹੜਾ ਹੈਗਾ ਨਕਸਲ ਤੋਂ ਕਾਫੀ ਜਿਹੜਾ ਹੈਗਾ ਪ੍ਰੇਰਿਤ ਮੰਨਿਆ ਜਾਂਦਾ ਹੈ ਕਿ ਕਈ ਕਿਉਂਕਿ ਜੰਗਲੀ ਏਰੀਆ ਵੀ ਹੈਗਾ ਨਕਸਲਵਾਦੀਆਂ ਦੇ ਜੋ ਕਿ ਉਹਦੇ ਵਿੱਚ ਹੈਗਾ ਤੇ ਐਸੇ ਕਿਸੇ ਏਰੀਏ ਦੇ ਵਿੱਚ ਕੋਈ ਐਸੀ ਕੋਈ ਘਟਨਾ ਜਾਂ ਕੋਈ ਐ
ਪਹਾੜੀ ਇਲਾਕਾ ਹੈਗਾ ਇੱਧਰ ਨਕਸਲਾਈਟ ਵਗੈਰਾ ਜਿਹੜੀ ਹੈ ਕਾਫੀ ਤਾਦਾਦ ਦੇ ਵਿੱਚ ਗੁੰਡਲਾ ਦਾ ਖਾਸ ਕਰਕੇ ਜਿਹੜਾ ਇਹ ਖੇਤਰ ਹੈਗਾ ਹੈ ਇਹ ਬਿਹਾਰ ਦੇ ਨੀਅਰੈਸਟ ਹੋਣ ਦੇ ਬਾਵਜੂਦ ਇੱਥੇ ਕਾਫੀ ਦਬਦਬਾ ਹੈ ਔਰ ਹਾਲਾਂਕਿ ਅੱਜ ਜਿਹੜੀ ਪੋਲਿੰਗ ਦਾ ਕਾਰਜਕ੍ਰਮ ਜਿਹੜਾ ਚੱਲਿਆ ਗਿਆ ਇਹ ਬਹੁਤ ਹੀ ਨੋਰਮਲੀ ਤਰੀਕੇ ਨਾਲ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਇੱਥੇ ਸਹਿਯੋਗ ਜਿਹੜਾ ਕਿ ਆਮ ਜਨਤਾ ਨੂੰ ਮਿਲਿਆ ਜਿਹੜਾ ਕਿ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਹੀ ਹੋਇਆ ਹੈ ਠੀਕ 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 ਯਾਨੀ ਕਿ ਸ਼ਾਂਤੀ ਦੇ ਨਾਲ ਜਿਹੜਾ ਸਾਰੀ ਚੀਜ਼ਾਂ ਹੋਈ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਸੀਗਾ ਵੋਟ ਪਾਉਣ ਨੂੰ ਲੈ ਕੇ ਕਿਉਂਕਿ 70% ਆਪਾਂ ਜੇ ਗੱਲ ਕਰੀਏ 73% ਅੱਜ ਵੈਸਟ ਬੰਗਾਲ ਦਾ ਗਿਆ ਹੈਗਾ ਜੋ ਕਿ ਅੱਜ ਦਾ ਟੌਪ ਮੰਨਿਆ ਗਿਆ ਹੈਗਾ ਔਰ ਸੈਕਿੰਡ ਨੰਬਰ ਤੇ ਝਾਰਖੰਡ ਆਇਆ ਹੈਗਾ ਅੱਜ ਦੇ ਜੋ ਕਿ ਪੋਲਿੰਗ ਦੇ ਵਿੱਚ ਤੇ ਕਿ ਕਿਸ ਤਰੀਕੇ ਦਾ 70% ਜੇ ਆਇਆ ਕਾਫੀ ਇੱਕ ਵੱਡੀ ਪਰਸੈਂਟੇਜ ਹੈਗੀ ਹੈ ਕਿ ਤਕਰੀਬਨ 2/3 ਜਿਹੜੀ ਹੈਗੀ ਹੈ ਤੋਂ ਵੱਧ ਜਿਹੜੀ ਜਨਤਾ ਨੇ ਜਿਹੜੀ ਹੈਗੀ ਹੈ ਪੋਲਿੰਗ ਕੀਤੀ ਹੈਗੀ ਹੈ ਆਪਣੀ ਵੋਟ ਕਾਸਟ ਕੀਤੀ ਹੈ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਰੁਝਾਵ ਰਹਿੰਦਾ ਹੈਗਾ ਵੋਟ ਪਾਉਣ ਨੂੰ ਲੈ ਕੇ ਬਸ ਲੋਕਾਂ ਦੇ ਵਿੱਚ ਹੁਣ ਜਿਸ ਤਰ੍ਹਾਂ ਅੱਜ ਮੀਡੀਆ ਦੇ ਦੌਰਾਨ ਵੀ ਹੋਰ ਉਸ ਤਰ੍ਹਾਂ ਵੀ ਜਿਹੜਾ ਕਿ ਇੱਕ ਦੂਜੇ ਨਾਲ ਜਿਹੜਾ ਫੋਨ ਸੰਪਰਕ ਕਰਦਿਆਂ ਪਤਾ ਲੱਗ ਰਿਹਾ ਹੈ ਕਿ ਇਹ ਜਿਹੜਾ ਮੋਦੀ ਵਾਲਾ ਜਿਹੜਾ ਨਾਰਾ ਜਿਹਾ ਹੈ ਉਹਦੇ ਕਰਕੇ ਕਾਫੀ ਲੋਕਾਂ ਦੇ ਵਿੱਚ ਸੀ ਕਿ ਵੀ ਕਿਸ ਏਰੀਆ ਦੇ ਵਿੱਚ ਹੈ ਕਿ ਵੀ ਮੋਦੀ ਸੰਪਰਕ ਜਿਹੜਾ ਹੈ ਉਹ ਕਾਇਮ ਰਹਿ ਜਾਵੇ ਔਰ ਕਿਸੇ ਜਗ੍ਹਾ ਦੇ ਵਿੱਚ ਹੈ ਜਿਹੜਾ ਕਿ ਇਹ ਇੰਡਸਟਰੀ ਬਿਲਡ ਜਿਹੜਾ ਉੱਧਰ ਲੱਗ ਗਿਆ ਹੈ ਹੋਰ ਲੋਕੀ ਇਲਾਕੇ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਕਾਫੀ ਜਿਹੜੇ ਨੋਟ ਚੇਂਜਿੰਗ ਦਾ ਜਿਹੜਾ ਮਾਰ ਪਈ ਹੈ ਉਹਦੇ ਕਰਕੇ ਹੀ ਕਾਫੀ ਮਨੇ ਮੋਦੀ ਦੇ ਅਗੇਂਸਟ ਵੀ ਹੈਗੇ ਤੇ ਇਸੇ ਕਰਕੇ ਇਸੇ ਵਜ੍ਹਾ ਦੇ ਨਾਲ ਵੀ ਜਿਹੜਾ ਹੈ ਕਿ 8-6 ਦੇ ਜਿਹੜੇ ਤਾਰਾ ਜਿਹੜੇ ਨਜ਼ਰ ਆ ਰਹੇ ਨੇ ਅਕਾਲ ਚੈਨਲ ਦੇਖਦੇ ਦਰਸ਼ਕਾਂ ਨੂੰ ਨਹੀਂ ਚਾਹੁੰਦੇ ਤੇ ਬਸ ਅਕਾਲ ਚੈਨਲ ਨੂੰ ਤੇ ਅਸੀਂ ਇਹੀ ਸਾਡੀ ਸ਼ੁਭਕਾਮਨਾ ਹੈ ਕਿ ਉਹ ਹਰ ਮੈਦਾਨ ਦੇ ਵਿੱਚ ਹਰ ਸਮੇਂ ਨਿਪੁੰਨ ਨੇ ਹਰ ਜਗ੍ਹਾ ਜਿਸ ਤਰ੍ਹਾਂ ਕਿ ਪਿਛਲੇ ਦਿਨ ਉਹਨਾਂ ਨੇ ਉੜੀਸਾ ਦੇ ਵਿੱਚ ਵੀ ਜਾ ਕੇ ਬੰਦਿਆਂ ਦਾ ਹਰ ਸੰਪਰਕ ਕੀਤਾ ਹਰ ਜਨ ਦੀ ਸੇਵਾ ਚੁੱਕੀ
चरणजीत सिंह जी आप जी का बहुत बहुत धन्यवाद जी। वाहेगुरु जी का खालसा वाहेगुरु जी की फतेह। वाहेगुरु जी की फतेह। अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना।